ਮੋਰਿੰਡਾ ਦੇ ਇਤਿਹਾਸਿਕ ਕੋਤਵਾਲੀ ਗੁਰਦੁਆਰੇ ਦੇ ਵਿੱਚ ਸੋਮਵਾਰ ਨੂੰ ਵਾਪਰੀ ਬੇਅਦਬੀ ਦੀ ਘਟਨਾ ਖਿਲਾਫ ਰੋਸ ਪ੍ਰਦਰਸ਼ਨ ਮੰਗਲਵਾਰ ਨੂੰ ਵੀ ਜਾਰੀ ਰਿਹਾ ਇਸ ਰੋਸ ਪ੍ਰਦਰਸ਼ਨ ਦੌਰਾਨ ਸਾਰੀਆਂ ਦੁਕਾਨਾਂ ਸ਼ਹਿਰ ਦੀਆਂ ਬੰਦ ਰਹੀਆਂ ਨਿਹੰਗ ਸਿੰਘਾਂ ਸਣੇ ਹੋਰ ਪ੍ਰਦਰਸ਼ਨਕਾਰੀਆਂ ਨੇ ਇਥੋਂ ਦੇ ਵੇਰਕਾ ਚੌਂਕ ਦੇ ਵਿੱਚ ਰੋਸ ਮਜ਼ਹਰਾ ਕਰਦੇ ਆਂ ਮੁਲਜ਼ਮ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਸੁਰੱਖਿਆ ਦੇ ਸਖਤ ਇੰਤਜ਼ਾਮ ਪੁਲਿਸ ਦੇ ਵੱਲੋਂ ਕੀਤੇ ਗਏ ਮੋਰਿੰਡਾ ਤੋਂ ਕੁਰਾਲੀ ਜਾਣ ਵਾਲੀ ਰੋਡ ਨੂੰ ਪੂਰੇ ਤਰੀਕੇ ਦੇ ਨਾਲ ਮਜ਼ਹਰਾਕਾਰੀਆਂ ਨੇ ਬੰਦ ਕਰ ਦਿੱਤਾ ਸਿੱਖ ਸੰਗਤ ਮੋਰਿੰਡਾ ਦੇ ਵੇਰਕਾ ਚੌਂਕ ਤੇ ਵੀ ਬੈਠੀ ਹੋਈ ਹੈ ਸ਼ਹਿਰ ਦੇ ਵਿੱਚ ਦਾ ਇਹ ਸਾ ਮਸ਼ਹੂਰ ਦੇ ਕੋਈ ਨਮਿੰਦੇ ਹੋਣੇ ਆ ਚਲੋ ਅਸੀਂ ਉਹ ਵਕਤ ਨਹੀਂ ਜਾਣਾ ਪਰ ਉਹਨਾਂ ਨੇ 12 ਘੰਟੇ ਦੇ ਵਿੱਚ ਪ੍ਰਸ਼ਾਸਨ ਨੇ ਜੋ ਨਿਊਜ਼ ਟੀਵੀ ਤੇ ਚੱਲ ਰਹੀ ਹੈ ਉਹਦੇ ਵਿੱਚ ਦੱਸਿਆ ਵੀ 12 ਘੰਟੇ ਦੇ ਵਿੱਚ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ ਪਰ ਮੇਨ ਮੁਕਸਦਾ ਅਸੀਂ ਮਰੰਡਾ ਸ਼ਹਿਰ ਦੇ ਵਿੱਚ ਬੈਠੇ ਆ ਸਾਡਾ ਮੇਨ ਮਰੰਡਾ ਸ਼ਹਿਰ ਹੈ ਮਰੰਡਾ ਸ਼ਹਿਰ ਛੋਟੇ ਸਾਹਿਬ ਜਾਦੇ ਬਾਬਾ ਜੂਰਾਵਾਰ ਸਿੰਘ ਜੀ ਬਾਬਾ ਬੱਤ ਸਿੰਘ ਜੀ ਮਾਤਾ ਗੁਜਰ ਕੌਰ ਜਿੰਦਾ ਪਾਵਨ ਸਥਾਨਾ ਜਿੱਥੇ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਦੇ ਕੇ ਮਰੰਡਾ ਜੇਲ੍ਹ ਦੇ ਵਿੱਚ ਆਪ ਕੈਦ ਹੋ ਕੇ ਤੇ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ ਪਰ ਜਿੱਥੇ ਅੱਜ ਸਾਨੂੰ ਜੋ ਕੱਲ ਸਾਨੂੰ ਜੋ ਕੱਲ ਸਾਡੇ ਦਿਲ ਦੇ ਹਿਰਦੇ ਬਲੁੰਧਰੇ ਗਏ ਜਿੱਦੇ ਵਿੱਚ ਦੁਸ਼ਟ ਨੇ ਜਿਹੜਾ ਕਾਰਨਾਮਾ ਕੀਤਾ ਹੈ ਗੁਰੂ ਸਾਹਿਬਜਾਂ ਦੇ ਗੁਰੂ ਕੇ ਵਜ਼ੀਰਾਂ ਦੇ ਅਚਾਨਕ ਜਾ ਕੇ ਥੱਪੜ ਫੇਰਨਾ ਫਿਰ ਗੁਰੂ ਸਾਹਿਬ ਜੀ ਦੇ ਦੋਨੇ ਹੱਥਾਂ ਨਾਲ ਅੰਗ ਖਲਾਰਨੇ ਅੰਗਾਂ ਦੀ ਬਿਯਦਵੀ ਕਰਨੀ ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਬਿਯਦਵੀ ਕਰਨੀ ਇੱਕ ਬਹੁਤ ਵੱਡੀ ਘਟਨਾਵਾ ਹੈ ਜਿਹਦੇ ਵਿੱਚ ਕਾਲੋ ਜਿਹੜਾ ਦੁਸ਼ਟ ਹੈ ਪ੍ਰਸ਼ਾਸਨ ਦਾ ਕਹਿੰਦਾ ਵੀ ਅਸੀਂ ਫੜ ਲਿਆ ਜਾਂ ਨਹੀਂ ਫੜ ਲਿਆ ਇਹਦੇ ਵਿੱਚ ਸਾਨੂੰ ਹਲੇ ਪਤਾ ਨਹੀਂ ਲੱਗ ਰਿਹਾ ਸਾਰੇ ਪੰਬਲ ਭੂਸੇ ਦੇ ਵਿੱਚ ਪਏ ਹੋਏ ਹਨ ਪਰ ਜਿੱਥੇ ਪ੍ਰਸ਼ਾਸਨ ਨੇ ਅੱਜ ਸਾਨੂੰ ਦੱਸਿਆ ਹੈ ਵੀ ਉਹਨਾਂ ਦੇ ਉੱਤੇ ਚਾਰ ਤਾਰਾਵਾਂ ਲੱਗੀਆਂ ਨੇ 295ਏ 307 ਤੇ 323 ਤੇ 506 ਦਾ ਪਰਚਾ ਉਹਦੇ ਵਿੱਚ ਦਰਜ ਹੋਇਆ ਜਿਹੜਾ ਪ੍ਰਬੰਧ ਚਲਾਉਣ ਵਾਸਤੇ ਅੱਜ ਫੈਸਲਾ ਹੋਇਆ ਉਹ ਇਹ ਹੋਇਆ ਕਿ ਜਿਹੜਾ ਡੇਰੇ ਦਾ ਪ੍ਰਬੰਧ ਹੈ ਠੀਕ ਨਹੀਂ ਹੈ ਇਹਨੂੰ ਜਿਹੜਾ ਲੋਕਲ ਜਿਹੜੀ ਮਰੰਡੇ ਦੀ ਸੰਗਤ ਆ ਉਹਨਾਂ ਨੂੰ ਸੰਭਾਲਿਆ ਜਾਵੇ। ਸੋ ਪੰਜ ਮੈਂਬਰੀ ਜਿਹੜੀ ਕਮੇਟੀ ਬਣਾ ਕੇ ਲੋਕਲ ਮਰੰਡੇ ਦੇ ਜਿਹੜੇ ਗੁਰਸਿੱਖਾਂ ਬੱਚੇ ਉਹਨਾਂ ਨੂੰ ਬਣਾ ਕੇ ਉਹਦਾ ਪ੍ਰਬੰਧ ਜਿਹੜਾ ਉਹ ਅੱਜ ਤੋਂ ਬਾਅਦ ਉਹ ਦੇਖਣਗੇ। ਕੋਈ ਨਹੀਂ ਸੀਗਾ ਐਵੇਂ ਗੱਲਾਂ ਨੇ। ਪ੍ਰਧਾਨ ਨਹੀਂ ਸੀ ਪ੍ਰਬੰਧ ਸੀਗਾ ਇੱਥੇ ਜਿਹੜਾ ਡੇਰੇ ਦਾ ਪ੍ਰਬੰਧ ਸੀ। ਕਾਰਸੇਵ ਵਾਲੇ ਸੰਤ ਕਾਰਸੇਵ ਵਾਲੇ ਸੰਤਾਂ ਦਾ ਪ੍ਰਬੰਧ ਹੈ। ਉਹ ਬੰਦਾ ਜਿਹੜਾ ਗਵਾਹ ਸੀਗਾ ਟਰਸਟ ਬਣਾਉਣ ਦੇ ਵਿੱਚ। ਜਦੋਂ ਟਰਸਟ ਬਣਾਇਆ ਉਹਦੇ ਗਵਾਹੀ ਪਾਈ ਹੋਈ ਹੈ। ਸਰਕਾਰ ਦੇ ਮੌਜੂਦਾ ਜਿਹੜੀ ਸਰਕਾਰ ਤੇ ਉਹਦਾ ਵਿੱਚ ਹੱਥ ਸੀ ਉਹਨਾਂ ਨੇ ਨਾਲ ਹੋ ਕੇ ਕਰਵਾਇਆ ਸੀ ਸਾਰਾ ਮੇਰੇ ਤਸੀਹਦਾ ਨਾਲ ਗੱਲ ਕੀ ਉਹ ਕਹਿੰਦਾ ਸੀ ਤਾਂ ਹੁਕਮ ਪਾਇਆ ਜੀ ਅਸੀਂ ਕੁਝ ਨਹੀਂ ਕਰ ਸਕਦੇ ਉਹ ਉਹ ਰਿਸ਼ਤੇਦਾਰ ਨਹੀਂ ਹੈਗਾ ਉਹ ਕੋਈ ਪड़ोसी ਪੁਲਸੀ ਸ਼ਾਇਦ ਉਹਦਾ ਜਿਵੇਂ ਉਹ ਦੱਸਦੇ ਨੇ ਮੈਨੂੰ ਇਹਨਾਂ ਕਲੀਅਰ ਨਹੀਂ ਹੈਗਾ ਬੇਅਦਬੀ ਦੇ ਪਛਤਾਪ ਦੇ ਲਈ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਸ਼੍ਰੀ ਖੰਡ ਪਟ ਸਾਹਿਬ ਵੀ ਆਰਾਮ ਕਰ ਦਿੱਤੇ ਗਏ ਨੇ ਗੁਰਦੁਆਰਾ ਸਾਹਿਬ ਦੀ ਤਤਕਾਲੀ ਕਮੇਟੀ ਨੂੰ ਭੰਗ ਕਰਕੇ ਇੱਕ ਨਵੀਂ ਕਮੇਟੀ ਬਣਾ ਦਿੱਤੀ ਗਈ ਹੈ ਸੰਗਤ ਦਾ ਇਲਜ਼ਾਮ ਹੈ ਕਿ ਕਮੇਟੀ ਨੇ ਗੁਰਦੁਆਰੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਠੀਕ ਠਾਕ ਦੇ ਨਾਲ ਨਹੀਂ ਨਿਭਾਈ ਜਿਸ ਕਾਰਨ ਹੀ ਬੇਅਦਬੀ ਦੀ ਘਟਨਾ ਵਾਪਰੀ ਇਸੇ ਕਰਕੇ ਸੰਗਤ ਦੀ ਮੰਗ ਤੇ ਗੁਰਦੁਆਰੇ ਦੀ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਆਂ ਨਵੀਆਂ ਜਿਹੜੀਆਂ 5 ਮੈਂਬਰੀ ਤੇ 8 ਮੈਂਬਰੀ ਦੋ ਕਮੇਟੀਆਂ ਦਾ ਗਠਨ ਕੀਤਾ ਗਿਆ 5 ਮੈਂਬਰੀ ਕਮੇਟੀ ਗੁਰੂਕਾੜ ਦਾ ਪ੍ਰਬੰਧ ਦੇਖੇਗੀ 8 ਮੈਂਬ ਆ ਗਿਆ ਪੰਜ ਮੈਂਬਰੀ ਕਮੇਟੀ ਵਿੱਚ ਹਰਦੀਪ ਸਿੰਘ, ਰਾਜਵਿੰਦਰ ਸਿੰਘ, ਰਵਿੰਦਰ ਸਿੰਘ, ਸੰਦੀਪ ਸਿੰਘ ਰੌਣੀ ਅਤੇ ਤੀਰਤ ਸਿੰਘ ਸ਼ਾਮਲ ਨੇ ਜੋ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੇਖਣਗੇ। ਅੱਠ ਮੈਂਬਰੀ ਕਮੇਟੀ ਕਾਨੂੰਨੀ ਪੈਰਵਾਈ ਕਰੇਗੀ, ਪੁਲਿਸ ਕੇਸ ਦੇਖੇਗੀ ਅਤੇ ਬੇਅਦਬੀ ਕਰਨ ਦੇ ਪਿੱਛੇ ਕੌਣ ਹੈ ਉਸ ਦਾ ਪਤਾ ਲਗਾਏਗੀ। ਸੀਸੀਟੀਵੀ ਦੀ ਸਾਰੀ ਫੁਟੇਜ ਵੀ ਇਸ ਕਮੇਟੀ ਦੇ ਕੋਲ ਰਹੇਗੀ। ਜਾਂਚ ਪੜਤਾਲ ਦੌਰਾਨ ਪੁਲਿਸ ਦੇ ਨਾਲ ਵੀ ਇਹ ਕਮੇਟੀ ਰਹੇਗੀ। ਜਾਣਕਾਰੀ ਇਹ ਜਿਹੜੀ ਨਵੀਂ ਕਮੇਟੀ ਵਿੱਚ ਸ਼ਾਮਲ ਮਨਦੀਪ ਸਿੰਘ ਰੌਣੀ ਨੇ ਦਿੱਤੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਦੇ ਨਾਲ ਸਹਿਮਤੀ ਬਣ ਗਈ ਹੈ ਪਰ ਕੁਝ ਲੋਕ ਹਲੇ ਵੀ ਧਰਨੇ ਤੇ ਬੈਠੇ ਨੇ। ਅਸੀਂ ਕ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਨਹੀਂ ਮੰਨ ਰਹੇ ਨਵੀਂ ਕਮੇਟੀ ਨਾਲ ਸਹਿਮਤ ਨਹੀਂ ਹਨ ਪਰ ਨਵੀਂ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਰੋਸ ਮੁਜ਼ਾਹਰਾ ਉਹਨਾਂ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ ਮੈਡੀਆ ਜੀ ਉਹਨਾਂ ਦਾ ਅਲੱਗ ਕੰਮ ਆ ਉਹਨਾਂ ਨੇ ਦੇਖਣਾ ਹੈ ਪ੍ਰਸ਼ਾਸਨਿਕ ਤੱਕ ਕੰਮ ਜੋ ਉਹਦੀ ਜੋ ਅਗੇ ਜੋ ਵੀ ਹੋਣਾ ਹੈ ਫਰਦਰ ਅਸੀਂ ਜੋ ਵੀ ਜ਼ਿਆਦਾ ਧਿਆਨ ਸਾਡਾ ਗੁਰਦੁਆਰੇ ਵੱਲ ਆਸੀਂ ਗੁਰਦੁਆਰੇ ਦੇ ਵਿੱਚ ਇਹ ਪ੍ਰਬੰਧਨ ਦੀ ਘਾਟ ਉਹ ਅਸੀਂ ਪਹਿਲਾਂ ਠੀਕ ਰਾਉਣੇ ਸਭ ਤੋਂ ਜ਼ਰੂਰੀ ਹੁਣ ਇਹ ਵੀ ਸੰਗਤ ਨੇ ਸੰਗਤ ਨੇ ਕੀਤਾ ਜੀ ਮਰਿੰਡੇ ਦੀ ਸੰਗਤ ਵੀ ਆਉ ਉਹ ਸਾਡੇ ਪਿੰਡਾਂ ਦੀ ਸੰਗਤ ਵੀ ਆਉ ਜਿਹੜੀ ਬਾਹਰੋਂ ਸੰਗਤ ਆਈ ਉਹ ਵੀ ਸੰਗਤ ਵੀ ਆਉ ਔਰ ਅੱਜ ਅਸੀਂ ਕੱਲ ਮੈਂ ਬੋਲ ਕੇ ਵੀ ਪਾਇਆ ਫੇਸਬੁੱਕ ਤੇ ਵੀ ਪਾਇਆ ਵੀ ਇੱਥੇ ਅਜੇ ਅਖੰਡ ਵਾਦ ਸਾਹਿਬ ਰੰਮ ਹੋਣਾ ਸੋ ਗੱਲ ਬਹੁਤ ਦੂਰ ਤੱਕ ਪਹੁੰਚ ਗਈ ਗੁਰਦਾਸਪੁਰ ਤੱਕ ਦੀ ਸੰਗਤ ਇੱਥੇ ਆ ਜਾਈ ਹੋਈ ਸੀ ਅੱਜ ਸੋ ਸੰਗਤ ਬੜੀ ਜ਼ਰੂਰ ਤੇ ਆਈ ਉਹਦੇ ਪਰਸੋਂ ਨੂੰ ਅਖੰਡਵਾਟ ਸਾਹਿਬ ਦੇ ਭੋਗ ਪਾਉਣੇ ਆ ਸੋ ਅਸੀਂ ਫੇਰ ਬੇਨਤੀ ਕਰਦੇ ਆ ਭਾਈ ਪਰਸੋਂ ਨੂੰ ਵੀ ਵੱਧ ਤੋਂ ਵੱਧ ਸੰਗਤ ਅਖੰਡਵਾਟ ਸਾਹਿਬ ਦੇ ਭੋਗ ਪੈਣੇ ਆ ਉਰੇ ਜ਼ਰੂਰ ਪਹੁੰਚੋ ਦੂਜੇ ਪਾਸੇ ਜਿਹੜੇ ਲੋਕ ਧਰਨੇ ਤੇ ਹਾਲੇ ਤੱਕ ਬੈਠੇ ਹੋਏ ਨੇ ਉਹਨਾਂ ਨੇ ਜਿੱਥੇ ਆਪਣੀਆਂ ਮੰਗਾਂ ਰੱਖੀਆਂ ਨੇ ਉੱਥੇ ਸਵਾਲ ਵੀ ਚੁੱਕੇ ਨੇ ਕਿ ਹਾਲੇ ਤੱਕ ਕੋਈ ਵੀ ਵੱਡੀ ਸਿੱਖ ਸ਼ਖਸੀਅਤ ਮੋਰਿੰਡਾ ਵਾਲੇ ਧਰਨੇ ਤੇ ਕਿਉਂ ਨਹੀਂ ਪਹੁੰਚੀ ਮੋਰਚੇ 'ਚ ਸਵਾਲ ਉੱਠਣ ਲੱਗੇ ਨੇ ਹਾਲਾਂਕਿ ਸਿਆਸੀ ਲੀਡਰ ਇਸ ਧਰਨੇ ਤੇ ਪਹੁੰਚ ਚੁੱਕੇ ਨੇ ਸਾਬਕਾ ਮੁਖਵੰਦਰੀ ਚਰਨ ਫਜੜਾ ਤੁਰੰਤ ਹੋਣਾ ਚਾਹੀਦਾ ਹੈ ਦੂਸਰੇ ਪਾਸੇ ਹਲਕੇ ਦੇ ਵਿਧਾਇਕ ਨੇ ਜਿਹੜੇ ਉਹ ਵੀ ਲਗਾਤਾਰ ਇੱਥੇ ਢੇੜੇ ਮਾਰ ਚੁੱਕੇ ਨੇ ਪਰ ਨਾ ਹੀ ਤੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਤੇ ਨਾ ਹੀ ਐਸਪੀਸੀ ਦੇ ਪ੍ਰਧਾਨ ਨਾ ਹੀ ਕੋਈ ਹੋਰ ਜਿਹੜਾ ਵੱਡਾ ਸਿੱਖਾਂ ਦਾ ਲੀਡਰ ਹੈ ਉਹ ਇੱਥੇ ਦਿਖਾਈ ਦਿੱਤਾ ਅਸੀਂ ਇੱਥੇ ਦੇਖਿਆ ਹੈ ਕਿ ਭਾਈ ਸਾਹਿਬ ਤੋਂ ਇਲਾਵਾ ਹੋਰ ਕੋਈ ਪੰਥਕ ਸ਼ਖੀਏ ਇੱਥੇ ਪਹੁੰਚੀ ਨਹੀਂ ਹੈਗੀ ਇੱਥੇ ਸਵੇਰ ਦੇ ਜਿੰਨੇ ਕ ਮੈਂਬਰ ਬੈਠੇ ਆ ਬਾਕੀ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚੋਂ ਹਨੀ ਕੁਝ ਜਣੇ ਆਏ ਆ ਤੇ ਉਹੀ ਸਾਰੀ ਅੱਗੇ ਜੋ ਵੀ ਹੈ ਕਾਰਵਾਈ ਹੈ ਪੁਲਿਸ ਦੇ ਨਾਂ ਰਾਲ ਕੇ ਪੁਲਿਸ ਮੈਂ 7 ਮੈਂਬਰਿਕ ਕਮੇਟੀ ਬਣ ਕੇ ਕਰ ਰਹੇ ਨੇ ਔਰ ਕੋਈ ਵੀ ਪੰਤਕ ਸ਼ਖਸੀਅਤ ਨਾ ਕੋਈ ਪਹੁੰਚੀਏ ਨਾ ਕਿਸੇ ਨੇ ਕੋਈ ਉਦਾਂ ਦਾ ਬਿਆਨ ਦਿੱਤਾ ਆ ਤੇ ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਆ ਸਾਰ ਨਾਲੋਂ ਜ਼ਿਆਦਾ ਸ਼ਰਮ ਵਾਲੀ ਗੱਲ ਸਾਡੇ ਸਿੱਖਾਂ ਵਾਸਤੇ ਹੈ ਜਿਹੜੇ ਅਸੀਂ ਕਹਿੰਨੇ ਤੇ ਆ ਵੀ ਗੁਰੂ ਗ੍ਰੰਥ ਸਾਹਿਬ ਮਾਰੇ ਸਾਡੇ ਗੁਰੂ ਨੇ ਨਿਰੰਕਾਰ 파ਇਸ਼ਾ ਨੇ ਪਰ ਉਹ ਭਾਵਨਾਵਾਂ ਸਿਰਫ ਬਾਹਰ ਦੀਆਂ ਨੇ ਅੰਦਰ ਸਾਡੇ ਭਾਵਨਾਵਾਂ ਮਰ ਚੁੱਕੀਆਂ ਨੇ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਵੀ ਮੋਰਿੰਡਾ ਧਰਨੇ ਦੇ ਵਿੱਚ ਪਹੁੰਚੇ ਉਹਨਾਂ ਨੇ ਸੰਗਤਾਂ ਨੂੰ ਇੱਕ ਸਲਾਹ ਦਿੱਤੀ ਹੈ ਤੇ ਪੁਲਿਸ ਨੂੰ ਸੁਨੇਹਾ ਦਿੱਤਾ ਸੋ ਪ੍ਰਸ਼ਾਸਨ ਨੂੰ ਉਸ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਪਰੰਤੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੇ ਖਿਲਾਫ ਇੱਕ 295 ਐ ਦਾ ਪਰਚਾ ਦਰਜ ਹੁੰਦਾ ਜਿਹਦੀ ਵੱਧ ਤੋਂ ਵੱਧ 3 ਸਾਲ ਸਜ਼ਾ ਜਿਹੜੀ ਉਹਦੀ ਅਵੇਲੇਬਲ ਹੈ ਉਹ ਧਾਰਾ ਸੋ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਵੀ ਇਹ ਮੰਗ ਕਰ ਰਹੇ ਹਾਂ ਸਰਕਾਰਾਂ ਤੋਂ ਵੀ ਜਿਹੜਾ ਕਿਸੇ ਵੀ ਪਵਿੱਤਰ ਗ੍ਰੰਥ ਦੀ ਭਾਵੇਂ ਕਿਸੇ ਵੀ ਧਰਮ ਦਾ ਬੇਅਵਦੀ ਕਰਦਾ ਉਹਦੇ ਖਿਲਾਫ ਇੱਕ ਇਸ ਤਰ੍ਹਾਂ ਦੀ ਧਾਰਾ ਬਣਨੀ ਚਾਹੀਦੀ ਹੈ 302 ਦਾ ਪਰਚਾ ਦਰਜ ਹੋਵੇ ਜਿਸ ਤੇ ਉਮਰ ਕੈਦ ਤੇ ਮੌਤ ਦੀ ਸਜ਼ਾ ਦੀ ਪ੍ਰਵਾਨ ਹੋਵੇ ਸੋ ਅਸੀਂ बार-बार ਮੰਗ ਕਰ ਰਹੇ ਹਾਂ ਪਰੰਤੂ ਸਰਕਾਰਾਂ ਲਗਾਤਾਰ 2015 ਤੋਂ ਜਿਹੜੀ ਬੇਆਬਦੀਆਂ ਹੋ ਰਹੀਆਂ ਉਸ ਤੇ ਇਨਸਾਫ ਨਹੀਂ ਦੇ ਰਹੀਆਂ ਸੋ ਸਰਕਾਰ ਨੂੰ ਹੁਣ ਵੀ ਸਾਡਾ ਇਹ ਚੈਲੰਜ ਹੈ ਕਿ ਇਹ ਜਲਦੀ ਤੋਂ ਜਲਦੀ ਜਦੋਂ ਤੱਕ ਸਖਤ ਕਾਨੂੰਨ ਨਹੀਂ ਬਣਦਾ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਨਹੀਂ ਹੁੰਦੀ ਉਹਨਾਂ ਉਦੋਂ ਤੱਕ ਇਹ ਬੇਆਬਦੀਆਂ ਰੁਕਦੀਆਂ ਨਹੀਂ 2015 ਤੋਂ ਅੱਜ ਤੱਕ 430 ਬੇਆਬਦੀਆਂ ਹੋ ਸਕਤੀਆਂ ਪਰੰਤੂ ਸਰਕਾਰਾਂ ਇਸਤੇ ਸਿਆਸਤ ਕਰ ਰਹੀਆਂ ਸਾਨੂੰ ਇਨਸਾਫ ਨਹੀਂ ਦੇ ਰਹੀਆਂ ਤੇ ਖਬਰਾਂ ਪੜਦੇ-ਪੜਦੇ ਇੱਕ ਹੋਰ ਵੱਡੀ ਅਪਡੇਟ ਮਿਲੀ ਹੈ ਕਿ ਮੁਰਿੰਡਾ ਦੇ ਵਿੱਚ ਹੁਣ ਸਾਰੇ ਦਰਨੇ ਖਤਮ ਹੋ ਚੁੱਕੇ ਨੇ ਮੁਰਿੰਡਾ ਦੇ ਵਿੱਚ ਜਿਹੜਾ ਵੇਰਕਾ ਚੌਂਕ ਤੇ ਦਰਨਾ ਲੱਗਿਆ ਹੋਇਆ ਸੀ ਉਹ ਖਤਮ ਹੋ ਚੁੱਕਿਆ ਹੈ ਤੇ ਫੈਸਲਾ ਕੀਤਾ ਗਿਆ ਕਿ 27 ਅਪ੍ਰੈਲ ਨੂੰ ਜਿਹੜੇ ਸਿੱਖ ਸੰਗਤ ਹੈ ਉਹ ਮੁੜ ਕੇ ਮੁਰਿੰਡੇ ਆਵੇਗੀ ਤੇ ਇੱਥੇ ਰੋਸ ਮਾਰਚ ਕੱਢਿਆ ਜਾਵੇਗਾ ਜੇ ਉਦੋਂ ਤੱਕ ਜਿਹੜਾ ਬੇਅਦਬੀ ਦਾ ਇਨਸਾਫ ਨਾ ਮਿਲਿਆ ਸੋ ਫਿਲਹਾਲ ਮੁਰਿੰਡਾ ਦੇ ਵਿੱਚ ਬੇਅਦਬੀ ਦੇ ਖਿਲਾਫ ਇਸ ਵਕਤ ਕੋਈ ਜਿਹੜਾ ਧਰਨਾ ਨਹੀਂ ਲੱਗਿਆ ਹੋਇਆ ਸਿੱਖ ਸੰਗਤ ਉੱਥੋਂ ਜਾ ਚੁੱਕੀ ਹੈ ਇਸ ਦਰਮਿਆਨ ਮੰਗਲਵਾਰ ਨੂੰ ਇੱਕ ਹੋਰ ਪਰਚਾ ਦਰਜ ਹੋਇਆ ਜਾਂ ਕਹਿ ਸਕਦੇ ਹਾਂ ਕਿ ਜਿਹੜਾ ਪਰਚਾ ਦਰਜ ਹੋਇਆ ਉਸ ਦੇ ਵਿੱਚ ਦੋ ਜਣਾਂ ਨੂੰ ਹੋਰ ਨਾਮਜ਼ਦ ਕੀਤਾ ਗਿਆ ਹੈ ਇਸ ਬੇਅਦਬੀ ਮਾਮਲੇ ਦੇ ਵਿੱਚ ਜੱਸਾ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪ੍ਰਮਾਤਮਾ ਸਿੰਘ ਦਾ ਨਾਮ ਵੀ ਜੋੜਿਆ ਗਿਆ ਹੈ ਦੋਵੇਂ ਮੋਰਿੰਡਾ ਦੇ ਹੀ ਰਹਿਣ ਵਾਲੇ ਨੇ ਤੇ ਜਿਹੜਾ ਜਿਹੜਾ ਜਸਵੀਰ ਸਿੰਘ ਜੱਸੀ ਮੁਲਜ਼ਮ ਹੈ ਉਹ ਪ੍ਰਮਾਤਮਾ ਸਿੰਘ ਦਾ ਭਤੀਜਾ ਦੱਸਿਆ ਜਾ ਰਿਹਾ ਹੈ ਦਰਅਸਲ ਸੰਗਤਾਂ ਨੇ ਸੰਗਤਾਂ ਦੇ ਜੋ ਇੱਕ ਗੁਰਮੇਧ ਸਿੰਘ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੇ ਸ਼ਿਕਾਇਤੇ ਪਰਚਾ ਦਰਜ ਹੋਇਆ ਹੈ ਇਸ ਤੇ ਆਪਣੀ ਸ਼ਿਕਾਇਤ ਵਿੱਚ ਬਿਆਨ ਦਿੱਤਾ ਸੀ ਕਿ ਉਕਤ ਜੱਸਾ ਸਿੰਘ ਹੈ ਜਿਹੜਾ ਇਸਨੇ ਕਿਸੇ ਚੈਨਲ ਨੂੰ ਇੰਟਰਵਿਊ ਦਿੱਤਾ ਅਤੇ ਦਾਵਾ ਕੀਤਾ ਕਿ ਗੁਰੂ ਘਰ ਦੇ ਵਿੱਚ ਬੇਅਦਬੀ ਤਾਂ ਹੋਈ ਹੀ ਨਹੀਂ ਤਾਂ ਇਲਜ਼ਾਮ ਲਾਇਆ ਕਿ ਇਹਨਾਂ ਨੇ ਪ੍ਰਮਾਤਮਾ ਸਿੰਘ ਦਾ ਜਿਹੜਾ ਭਤੀਜਾ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਗਲਤ ਗੱਲ ਫੈਲਾਉਣ ਦੀ ਕੋਸ਼ਿਸ਼ ਕੀਤੀ ਕਿ ਬੇਅਦਬੀ ਤਾਂ ਗੁਰੂ ਘਰ ਦੇ ਵਿੱਚ ਹੋਈ ਹੀ ਨਹੀਂ ਉਸ ਤੋਂ ਬਾਅਦ ਧਰਨੇ ਤੇ ਬੈਠੀ ਸੰਗਤ ਦੇ ਵਿੱਚ ਰੋਜ ਆਗਿਆ ਸੰਸਥਾਵਾਂ ਜਥੇਬੰਦੀਆਂ ਦੇ ਵਿਚਾਰੇ ਕਹਿੰਦੇ ਟਕਰਾਹ ਦੀ ਨੌਬਤ ਬਣ ਗਈ ਸੀ ਇਹਨਾਂ ਦੇ ਗਲਤ ਬਿਆਨ ਕਰਕੇ ਇਸ ਕਰਕੇ ਇਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਕਿ ਪ੍ਰਮਾਤਮਾ ਸਿੰਘ ਦੇ ਵੱਲੋਂ ਆਪਣੇ ਭਤੀਜੇ ਜਸਪੀਰ ਸਿੰਘ ਉਰਫ ਜੱਸੀ ਨੂੰ ਬੇਅਦਬੀ ਦੀ ਘਟਨਾ ਤੋਂ ਬਚਾਉਣ ਦੇ ਲਈ ਸੰਗਤ ਦਾ ਧਿਆਨ ਕਿਤੇ ਹੋਰ ਪਟਕਾ ਕੇ ਦੰਗੇ ਫਸਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਦਰਮਿਆਨ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਬੇਅਦਬੀ ਦੇ ਦੋਸ਼ੀਆਂ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਭਾਵੇਂ ਉਹ ਸਿੱਖੀ ਸਰੂਪ ਦੇ ਵਿੱਚ ਗੁਰੂਕਾਰ ਦੇ ਪ੍ਰਧਾਨ ਦਾ ਭਤੀਜਾ ਵੀ ਦੱਸਿਆ ਜਾ ਰਿਹਾ ਹੈ ਉਹਨੇ ਬੇਅਦਬੀ ਵਰਗੀ ਕੋਝੀ ਹਰਕਤ ਕੀਤੀ ਹੈ ਸਵਾਲ ਵੀ ਚੁੱਕਿਆ ਹੈ ਗ੍ਰੰਥੀ ਸਾਹਿਬ ਨੇ ਹੈਡ ਗ੍ਰੰਥੀ ਸਾਹਿਬ ਨੇ ਕਿ ਜੋ ਚੋਣਾ ਦੇ ਦਿਨ ਹੁੰਦੇ ਨੇ ਉਦੋਂ ਹੀ ਬੇਅਦਬੀ ਦੀਆਂ ਘਟਨਾਵਾਂ ਕਿਉਂ ਵਾਪਰਦੀਆਂ ਨੇ ਪ੍ਰਸ਼ਾਸਨ ਵੱਲੋਂ ਬਜਾਏ ਦੋਸ਼ੀ ਨੂੰ ਸਜ਼ਾ ਦੇਣ ਦੇ ਹਾਲੇ ਤੱਕ ਕਹਿੰਦੇ ਸੰਗਤ ਨੂੰ ਹੀ ਨਰਮੀ ਵਰਤਣ ਦੇ ਲਈ ਕਿਹਾ ਜਾ ਰਿਹਾ ਹੈ ਉਹਨਾਂ ਨੇ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਸਾਰੇ ਸਿੰਘ ਸਾਬਾਨਾਂ ਦੇ ਵੱਲੋਂ ਇਸ ਘਟਨਾ ਦੀ ਸਖਤ ਨਿੰਦਿਆ ਕੀਤੀ ਬੇਸ਼ੱਕ ਸੰਗਤਾਂ ਨੇ ਰੋਸ਼ ਵਿੱਚ ਆ ਕੇ ਉਹ ਸਾਨੂੰ ਫੜ ਲਿਆ ਕੁੱਟ ਮਾਰ ਵੀ ਕੀਤੀ ਪਰ ਇਹ ਰੋਜ਼ ਦੀਆਂ ਬੇਅਦਬੀਆਂ ਜਿਹੜੀਆਂ ਖਾਸ ਤੌਰ ਤੇ ਜਦੋਂ ਇਲੈਕਸ਼ਨ ਦੇ ਦਿਨ ਹੁੰਦੇ ਨੇ ਇਹ ਵਾਪਰਦੀਆਂ ਹਨ ਸਰਕਾਰ ਦੇ ਕਾਨੂੰਨ ਵਿੱਚ ਜਿਹੜੀ ਹੈ ਢਿੱਲਮਠ ਉਣ ਕਰਕੇ ਪ੍ਰਸ਼ਾਸਨ ਦੀ ਢਿੱਲਮਠ ਕਰਕੇ ਇਹ ਸਾਰਾ ਕੁਝ ਵਾਪਰਿਆ ਸਾਡੀ ਸਰਕਾਰ ਕੋਲੋਂ ਵੀ ਇਹ ਮੰਗ ਹੈ ਸਰਕਾਰ ਕੋਈ ਐਸੇ ਕਾਨੂੰਨ ਬਣਾਵੇ ਪ੍ਰਸ਼ਾਸਨ ਐਸੀ ਸ਼ਕਤੀ ਵਰਤੇ ਜਿਸ ਨਾਲ ਇਹੋ ਜਿਹੇ ਦੁਖਦਈਆਂ ਘਟਨਾਵਾਂ ਨੇ ਉਹ ਨਾ ਵਾਪਰਨ ਸ਼੍ਰਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਪ੍ਰਧਾਨ ਤੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਇਸ ਘਟਨਾ ਨੂੰ ਲੈ ਕੇ ਆਪ ਸਰਕਾਰ ਨੂੰ ਸਵਾਲ ਪੁੱਛਿਆ ਕਿ 2015 ਦੌਰਾਨ ਬੇਅਦਬੀ ਦੀਆਂ ਦੁਖਦ ਘਟਨਾਵਾਂ ਤੇ ਸਿਆਸਤ ਕਰਨ ਵਾਲੇ ਭਗਵੰਤ ਮਾਨ ਕੁਲਤਾਰ ਸਿੰਘ ਸੰਧਵਾ ਅਤੇ ਕਾਂਗਰਸ ਤੇ ਭਾਜਪਾ ਜਵਾਬ ਦੇਣ ਕਿ ਗੁਰਦੁਆਰਾ ਕੋਤਵਾਲੀ ਸਾਹਿਬ ਵਰਿੰਡਾ ਵਿਖੇ ਹੋਈ ਬੇਅਦਬੀ ਦੇ ਲਈ ਹੁਣ ਕੌਣ ਜ਼ਿੰਮੇਵਾਰ ਹੈ ਹੁਣ ਤਾਂ ਅਕਾਲੀ ਦਲ ਦੀ ਸਰਕਾਰ ਵੀ ਨਹੀਂ ਹੈ ਉਦਰ ਬੀਜੇਪੀ ਪੰਜਾਬ ਨੇ ਵੀ ਫੇਸਬੁਕ ਤੇ ਇਸ ਘਟਨਾ ਦੀ ਵੀਡੀਓ ਸਾਂਝੀ ਕਰਦਿਆਂ ਸਖਤ ਨਿੰਦਿਆ ਕੀਤੀ ਹੈ ਅਤੇ ਇਸ ਨੂੰ ਬੇहद ਦੁਖਦਾਈ ਤੇ ਨਿੰਦਣਯੋਗ ਦੱਸਿਆ ਹੈ ਉਹਨਾਂ ਕਿਹਾ ਕਿ ਸਾਡੇ ਪੰਜਾਬੀਆਂ ਦੇ ਲਈ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਸ ਦਰਮਿਆਨ ਤੁਹਾਨੂੰ ਐਜਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਹਿਮ ਜਿਹੜੀ ਅਪੀਲ ਹੈ ਉਹ ਵੀ ਦੱਸ ਦਿੰਨੇ ਆ ਜਿਨ੍ਹਾਂ ਨੇ ਮੀਡੀਆ ਸਮੇਤ ਸਭ ਨੂੰ ਸਾਰੇ ਉਹ ਲੋਕਾਂ ਨੂੰ ਅਪੀਲ ਕੀਤੀ ਹੈ ਜਿਹੜੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਜਿਹੜੀ ਮੋਰਿੰਡਾ ਦੇ ਵਿੱਚ ਘਟਨਾ ਵਾਪਰੀ ਹੈ ਉਹ ਤਸਵੀਰਾਂ ਨੂੰ ਉਹ ਸੀਸੀਟੀਵੀ ਵੀਡੀਓ ਨੂੰ ਅੱਗੇ ਦੀ ਅੱਗੇ ਨਾ ਸਾਂਝਾ ਕੀਤਾ ਜਾਵੇ ਟੀਵੀ ਤੇ ਨਾ ਦਿਖਾਇਆ ਜਾਵੇ ਕਿਉਂਕਿ ਉਹ ਦ੍ਰਿਸ਼ ਦੇਖ ਕੇ ਸਾਡਾ ਹਿਰਦਾ ਵਲੁੰਦ ਰਿਆ ਜਾਂਦਾ ਹੈ ਅਸੀਂ ਉਹ ਦ੍ਰਿਸ਼ ਨਹੀਂ ਦੇਖਣਾ ਚਾਹੁੰਦੇ ਸੋ ਇਹ ਸਾਰਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਦ੍ਰਿਸ਼ ਨਾ ਦਿਖਾਏ ਜਾਣ ਤੇ ਅਸੀਂ ਵੀ ਉਹ ਦ੍ਰਿਸ਼ ਦਿਖਾਉਣ ਤੋਂ ਗੁਰੇਜ਼ ਹੀ ਕਰਦੇ ਹਾਂ